ਦੇਸ਼ ਦੀਆਂ ਪ੍ਰਮੁੱਖ ਯੂਨੀਅਨਾਂ ਦੇ ਸੱਦੇ 'ਤੇ 2 ਦਿਨਾਂ ਹੜਤਾਲ 'ਚ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਕਰੇਗੀ ਪੂਰਨ ਸਮਰਥਨ। ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦੇ ਸੈਂਕੜੇ ਵਰਕਰਾਂ ਵੱਲੋਂ ਦੇਸ਼ ਅਤੇ ਮਜ਼ਦੂਰ ਜਮਾਤ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ, ਕੇਂਦਰ ਅਤੇ ਰਾਜ ਸਰਕਾਰ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ 8 ਅਤੇ 9 ਜਨਵਰੀ ਦੀ 2 ਦਿਨਾਂ ਹੜਤਾਲ ਕਰਕੇ ਚੱਕਾ ਜਾਮ ਕਰਨ ਦੇ ਸਮਰਥਨ ਵਿੱਚ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਗਿਆਸਪੁਰਾ ਵਿਖੇ ਇੱਕ ਰੈਲੀ ਕੀਤੀ ਗਈ। ਇਸ ਮੌਕੇ ਕਾਮਰੇਡ ਜਗਦੀਸ਼ ਚੰਦ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਮਜ਼ਦੂਰ ਜਮਾਤ ਦੇ ਕਾਨੂੰਨਾਂ ਵਿੱਚ ਤਬਦੀਲੀਆਂ ਕਰਕੇ ਕੀਤੇ ਜਾ ਰਹੇ ਹਮਲਿਆਂ, ਕੱਚੇ ਮਜ਼ਦੂਰਾਂ ਨੂੰ ਤੁਰੰਤ ਪੱਕੇ ਕੀਤੇ ਜਾਣ, ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਘੱਟੋ ਘੱਟ ਤਨਖਾਹ 18,000, ਮਜ਼ਦੂਰ ਵਿਰੋਧੀ ਬਦਲੇ ਗਏ ਕਾਨੂੰਨ ਵਾਪਸ ਲਿਆਂਦੇ ਜਾਣ ਵਰਗੀਆਂ ਅਨੇਕਾਂ ਮੁੱਖ ਮੰਗਾਂ ਹਨ। ਉਹਨਾਂ ਕਿਹਾ ਹੈ ਕਿ ਇਹ 2 ਦਿਨਾਂ ਦੇਸ਼ ਵਿਆਪੀ ਹੜਤਾਲ ਇਹ ਤੈਅ ਕਰੇਗੀ ਕਿ ਸਰਕਾਰਾਂ ਮੰਦਰ ਦੇ ਨਾਂ 'ਤੇ ਹੀ ਸਰਕਾਰ ਬਣਾਉਣੀਆਂ ਚਾਹੁੰਦੀਆਂ ਹਨ ਜਾਂ ਲੋਕ ਹਿੱਤਾਂ ਦੀ ਗੱਲ ਕਰਨਗੇ। ਅੱਜ ਦੀ ਇਹ ਰੈਲੀ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਡਿਸਟ੍ਰਿਕਟ ਨੰਬਰ 40 ਦੀ ਅਗਵਾਈ ਦੇ ਵਿੱਚ 8-9 ਜਨਵਰੀ ਦੀ 10 ਵੱਡੀਆਂ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਦੇ ਵਿੱਚ ਕੀਤੀ ਜਾ ਰਹੀ ਹੈ। ਅੱਜ ਦੀ ਇਹ ਰੈਲੀ ਇਹ ਦਾ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ ਹੀਰੋ ਸਾਈਕਲ ਦੇ ਵਿੱਚ GT ਰੋਡ 'ਤੇ ਪੂਰਨ ਤੌਰ 'ਤੇ ਹੜਤਾਲ ਰਹੂਗੀ, ਚੱਕਾ ਜਾਮ ਹੋਊਗਾ ਅਤੇ ਉੱਥੋਂ ਦੇ ਮਜ਼ਦੂਰ ਹੜਤਾਲ ਕਰਕੇ 8-9 ਜਨਵਰੀ ਨੂੰ 2 ਦਿਨ ਹੀ ਉਹ ਘਰਾਂ 'ਚ ਨਹੀਂ ਬੈਠਣਗੇ ਬਲਕਿ ਸੜਕਾਂ ਦੇ ਉੱਤੇ ਉਤਰ ਕੇ ਜਿੱਥੇ ਸਮੁੱਚੀਆਂ ਟਰੇਡ ਯੂਨੀਅਨਾਂ ਦਾ ਇਕੱਠ ਹੋਊਗਾ ਬੱਸ ਸਟੈਂਡ ਦੇ ਉੱਤੇ ਪਹੁੰਚਣਗੇ ਅਤੇ ਆਪਦੇ ਵਿਚਾਰਾਂ ਨੇ ਜਿਹੜੀਆਂ ਉਹ ਕਰਨਗੇ। ਅੱਜ ਦੀ ਜਿਹੜੀ 8 ਅਤੇ 9 ਜਨਵਰੀ ਦੀ ਦੇਸ਼ ਵਿਆਪੀ ਹੜਤਾਲ ਹੈ ਉਹ ਇਹ ਤੈਅ ਕਰੂਗੀ ਕਿ ਸਰਕਾਰਾਂ ਮੰਦਰ ਦੇ ਨਾਂ 'ਤੇ ਹੀ ਸਰਕਾਰਾਂ ਬਣਾਉਣੀਆਂ ਚਾਹੁੰਦੀਆਂ ਨੇ ਜਾਂ ਲੋਕ ਹਿੱਤਾਂ ਦੀ ਗੱਲ ਕਰਦੀਆਂ ਨੇ। 8-9 ਜਨਵਰੀ ਦੀ ਹੜਤਾਲ ਇਸ ਗੱਲ ਦਾ ਝੰਡਾ ਬੁਲੰਦ ਕਰੂਗੀ ਵੀ ਜਿਹੜੇ ਸਾਡੇ ਟਰੇਡ ਯੂਨੀਅਨ ਦੇ ਅਧਿਕਾਰ ਨੇ ਜੋ 1926 ਦੇ ਵਿੱਚ ਟਰੇਡ ਯੂਨੀਅਨ ਐਕਟ ਬਣਿਆ ਸੀ ਜਿਹਨੂੰ ਬਣੇ ਨੂੰ 93 ਸਾਲ ਦਾ ਸਮਾਂ ਹੋ ਚੁੱਕਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਉਹਦੇ 'ਚ ਮਜ਼ਦੂਰ ਵਿਰੋਧੀ ਤਬਦੀਲੀਆਂ ਕਰਨਾ ਚਾਹੁੰਦੀ ਹੈ, ਉਹ ਮਜ਼ਦੂਰ ਜਮਾਤ ਦੇ ਰੋਹ ਨੂੰ ਦੇਖ ਲਵੇ ਅਤੇ ਇਸ ਰਾਹ ਤੋਂ ਪਿੱਛੇ ਹਟੇ। ਮਜ਼ਦੂਰ ਕਿਸੇ ਹਾਲਤ ਦੇ ਵਿੱਚ ਵੀ ਆਪਦੇ ਟਰੇਡ ਯੂਨੀਅਨ ਦੇ ਜਿਹੜੇ 1926 ਦਾ ਟਰੇਡ ਯੂਨੀਅਨ ਐਕਟ ਹੈ ਉਹਦੇ 'ਚ ਕੋਈ ਵੀ ਮਜ਼ਦੂਰ ਵਿਰੋਧੀ ਤਬਦੀਲੀ ਨਹੀਂ ਹੋਣ ਦੇਣਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।